ਹਾਂਜੀ ਕਿੱਦਾਂ ਸਾਰੇ ਹਾਏ ਓਏ ਤੇਜੀ ਮੈਂ ਵੀਡੀਓ ਕੀਤੀ ਸੀ ਤੇ ਸਰਬੀਆ ਦੀ ਬੜੀ ਜ਼ਿਆਦਾ ਇਨਕੁਆਰੀ ਆ ਰਹੀ ਹੈ ਭਾਜੀ ਕਿੱਦਾਂ ਕੀ ਹਿਸਾਬ ਆ ਤੇ ਤੁਹਾਡੇ ਸਾਰੇ ਸਵਾਲਾਂ ਦੇ ਉੱਤਰ ਜੀ ਮੈਂ ਤੁਹਾਨੂੰ ਦਿਖਾ ਦੇਣਾ ਤੁਸੀਂ ਦੇਖ ਲਿਓ ਵੀਡੀਓ ਤੇ ਇਹ ਵੀਡੀਓ ਕੀਤੀ ਹੋਈ ਆ ਸਭੀ ਆਪਣਾ ਭਰਾ ਜੋ ਮੈਂ ਤੁਹਾਨੂੰ ਦੱਸਿਆ ਇਹ 30 ਦੇਸ਼ ਆਪਈ ਵੀਜ਼ਾ ਇੰਟਰਨੈਟ ਤੋਂ ਲਵਾ ਕੇ ਬਿਨਾਂ ਕਿਸੇ ਏਜੰਟ ਤੋਂ ਕੋ ਮੈਂ ਸਰਬੀਆ ਵੀ ਗਿਆ ਸੀ ਆ ਤੁਹਾਨੂੰ ਕਲਿੱਪ ਦਿਖਾਉਣੇ ਉੱਥੇ ਸਰਬੀਆ ਸਾਡੀਆਂ ਵੀਡੀਓ ਦੇਖ ਕੇ ਭਰਾ ਗਿਆ ਸੀ ਉਹ ਤਾਂ ਸਾਲ ਪੁਰਾਣੀ ਵੀਡੀਓ ਉਹ ਤਾਂ ਹੁਣ ਕਿਤੇ ਜਰਮਨ ਜਰਮਨ ਚਲ ਗਿਆ ਸੈੱਟ ਹੋ ਗਿਆ ਤੇ ਆ ਦਿਖਾਉਣੇ ਆ ਜੋ ਵੀ ਸਵਾਲ ਆ ਪੀ ਇਹ ਰਿਪੋਰਟ ਤੇ ਕੀ ਪੁੱਛਦੇ ਕਿੰਨਾ ਖਰਚਾ ਕੀ ਹਿਸਾਬ ਕਿਤਾਬ ਥੋੜੀ ਜਿਹੀ ਕਲਿੱਪ ਸੁਣਾ ਦਿਨਾ ਤੇ ਲਿੰਕ ਪਾਉਣਾ ਤੇ ਦੇਖ ਲਿਓ ਜੀ ਪੂਰੀ ਵੀਡੀਓ ਆ ਸੁਣਿਓ ਮੜ ਜਾ ਦੇ ਨਾਲ ਐ ਕੋਈ ਤਾਂ ਨੋ ਬੱਚਾ ਆਏ। ਵੀ ਕੋਈ ਨਾ ਮੋਟਾ ਆਏ ਭਾਈ ਜਾ ਰਹੇ ਨੇ ਤੇ ਵੀ ਹੂਟ ਲੂਗੀ ਫੇਰ ਉਹਦੇ ਟੈਕ ਟੂ ਵੀ ਜਾਉਗੇ ਹੋਵੇ ਤਾਂ ਐਂਟਰੀ ਮਿਲ ਜਾਂਦੀ ਆ। ਜੇ ਆਪਾਂ ਫੇਕ ਪੀਪਰਾ ਦਿਆ ਨਾ ਜਾਂ ਟੈਕ ਡੰਮੀ ਲਾ ਗਏ ਮੈਂ ਫੇਰ ਤਾਂ ਐਂਟਰੀ ਨੂੰ ਨਹੀਂ ਖਿੱਚ ਦੇਣੀ ਆ। ਯਾਨੀ ਕਿ ਉਹ ਜਿੱਦਾਂ ਫਾਰ ਇਗਜ਼ਾਮਪਲ ਤੁਸੀਂ ਵੀ ਜਿਹੜੀ ਬੁਕਿੰਗ ਆ ਹੋਟਲ ਦੀ ਉਹ ਜੇ ਤੁਸੀਂ ਫੇਕ ਕਰਾਉਂਦੇ ਕੰਫਰਮ ਕਰ ਲੈਂਦੇ ਆ ਉਹਨਾਂ ਨੂੰ ਫੋਨ ਕਰਕੇ ਜਾਂ ਕਦਾਂਗੇ ਨਹੀਂ ਉਹ ਚੈੱਕ ਕਰ ਸਕਦੇ ਨੇ ਕਿ ਚੈੱਕ ਕਰ ਸਕਦੇ ਆ ਹਾਂ ਫੋਨ ਕਰ ਸਕਦੇ ਨਾ ਮੈਂ। ਹਾਂਜੀ ਜੀ ਇਹ ਜੀ ਵੀਡੀਓ ਦਾ ਕੈਪਸ਼ਨ ਹੈਗਾ। ਪੰਜਾਬੀ ਨੇ ਸਰਬੀਆ ਇਹ ਆਪਣਾ ਭਰਾ ਸਭ ਵੀ ਜੋ YouTube ਤੇ ਆਉਂਦਾ ਹੁੰਦਾ ਇਹ ਸਰਬੀਆ ਵੀ ਪਿਛਲੇ ਸਾਲ ਜਾ ਕੇ ਗਿਆ ਤੇ ਸਾਡੇ ਦਿਲ ਚ ਹੁੰਦੀ ਠੱਗੀ ਠੋਰੀ ਹੈ ਸਰਬੀਆ ਜਾ ਗਿਆ ਮੈਂ ਇਹਨੂੰ ਕਹਿੰਦਾ ਵੀ ਬਾਈ ਮੈਂ ਵੀਡੀਓ ਪਾਈ ਆ ਸਰਬੀਆ ਆਪਣੀ ਵੀਡੀਓ ਦੇ ਇੱਕ ਮੁੰਡੇ ਆਏ ਤੇ ਗਾਂ ਪਸ਼ਾਂ ਕਰਦੇ ਪੈਸੇ ਕਮਾਈਏ ਇਦਾਂ ਦਾ ਆਪਣੇ ਦਿਲ ਚ ਹੈ ਨਹੀਂਗਾ ਇਹ ਸਰਬੀਆ ਜਾ ਗਿਆ ਸੀ ਇਹ ਵਾਲੀ ਵੀਡੀਓ ਚ ਮੁੰਡਾ ਜੀ 4 ਮਿੰਟ ਦੀ ਵੀਡੀਓ ਦੱਸਦਾ ਸਾਰਾ ਕੁਝ ਮੇਰੇ YouTube ਤੇ ਆ ਦੇਖ ਸਕਦੇ ਆ ਤੁਸੀਂ ਤੇ ਇੱਕ ਹੋਰ ਵੀਡੀਓ ਜੀ ਸਰਬੀਆ ਬਾਰੇ ਏਵੀ ਸਰਬੀਆ ਤੋਂ ਯੂਰਪ ਕਿੱਦਾਂ ਜਾ ਸਕਦੇ ਜੋ ਵੀ ਇਹ ਵੀ ਸਾਲ ਪਹਿਲਾਂ ਹੀ ਪਾਈਓ ਮੇਰੇ ਚੈਨਲ ਤੇ ਇਹ ਵੀ ਸਾਲ ਪਹਿਲਾਂ ਹੀ ਆ ਇੱਚੋ ਮੁੰਡਾ ਜਿਹੜਾ ਮਿਲਿਆ ਸੀ ਇੱਚੇ ਸਾਬ ਵੀ ਆਪ ਸਰਬੀਆ ਤੁਹਾਨੂੰ ਦਿਖਾਉਂਦਾ ਪਿਆ ਵੀ ਥੋੜੀ ਪਲੇ ਕਰ ਦਿੰਨੇ ਆ ਹਨਾ ਤੇ ਆ ਦੇਖੋ ਜੀ ਇਹ ਸਰਬੀਆ ਦੀ ਵੀਡੀਓ ਆ ਜੀ ਸਾਰਿਆਂ ਨੂੰ ਮੈਂ ਇਹਦੀ ਦਾ ਪ੍ਰੋਬਾਬਲ ਸਰਬੀਆ ਨੂੰ ਆ ਸਰਬੀਆ ਤੇ ਇੰਦੀ ਨੇ ਤੇ ਉਹ ਕਹੇ ਜੀ ਬਾਕੀ ਮੈਂ ਲਿੰਕ ਪਾਉਣਾ ਆਪਣੇ YouTube ਦਾ ਤੇ ਸਾਰੇ ਦੇਖੋ ਜੀ ਸਰਵੀਆਂ ਬਾਰੇ ਹਨ ਤੇ YouTube ਮੇਰਾ ਜਰੂਰ ਸਬਸਕ੍ਰਾਈਬ ਕਰ ਲਓ ਮੈਂ ਦੇਖੇ بڑے ਚੈਨਲ ਉਹਨਾਂ ਦੇ 7 ਲੱਖ 8 ਲੱਖ ਮਿਲੀਅਨ ਮਿਲੀਅਨ ਸਬਸਕ੍ਰਾਈਬਰ ਆ YouTube ਤੇ ਪੋਸਟਾਂ ਪਾਉਂਦੇ ਉਸੇ ਸਿੰਗਰ ਨੇ ਝੋਟੇ ਦੀ ਲੱਸੀ ਪੀ ਲਈ ਉਸੇ ਸਿੰਗਰ ਨੂੰ ਮੱਛਰ ਨੇ ਦੰਦੀ ਵੱਢਤੀ ਇਦਾਂ ਦੀਆਂ ਪੋਸਟਾਂ ਪਾਉਂਦੇ ਹਨ ਤੇ ਉਹਨਾਂ ਦੇ ਮਤਲਬ ਹਨ ਭਈ ਇਦਾਂ ਦੀਆਂ ਪੋਸਟਾਂ ਜਿਹੜੇ ਪਾਉਂਦੇ ਉਹਨਾਂ ਦੇ ਮਿਲੀਅਨ ਮਿਲੀਅਨ ਸਬਸਕ੍ਰਾਈਬਰ ਜਿਹੜਾ ਮੇਰਾ YouTube ਉੱਥੇ ਪਾਈ ਦੀਆਂ ਵੀ ਭਾਈ ਰੂਮਾਨੀਆ ਨਾ ਜਾਓ ਉੱਥੇ ਨਹੀਂ ਕੁਝ ਬਣਦਾ ਅਰਮੀਨੀਆ ਅਰਮਾਨੀਆ ਜੋ ਵੀ ਹੈ ਉੱਥੇ ਨਾ ਜਾਓ ਹਨਾ ਤੇ ਮਤਲਬ ਆਪਾਂ ਤਾਂ ਵੀ ਰੌਲਾ ਹੀ ਪਾ ਸਕਦੇ ਆ ਵੀ ਭਾਈ ਇੱਥੇ ਨਾ ਜਾਓ ਜਾਂ ਇੱਥੇ ਜਾਓ ਹਨਾ ਮਰਜ਼ੀ ਤੁਹਾਡੀ ਹੈ ਜ਼ਿੰਦਗੀ ਤੁਹਾਡੀ ਹੈ ਸੋਚ ਤੁਹਾਡੀ ਆਪਾਂ ਤੁਹਾਨੂੰ ਗਰਾਊਂਡ ਲੈਵਲ ਤੇ ਜਾ ਕੇ ਦੱਸ ਦੀਦਾ ਵੀ ਭਾਈ ਇੱਥੇ ਹਾਲਾਤ ਇਦਾਂ ਆ ਤੇ ਨਾ ਜਾਓ ਹਨਾ ਤੇ ਇੱਕ ਵੀਡੀਓ ਹੋ ਰਿਹਾ ਸਰਬੀਆ ਬਾਰੇ ਜੀ ਤਿੰਨ ਵੀਡੀਓ ਜ਼ਰੂਰ ਦੇਖ ਲਿਓ ਜੀ ਸਰਬੀਆ ਬਾਰੇ ਜਾਣਕਾਰੀ ਤੇ ਗੱਲਬਾਤ ਇਹ 1 ਘੰਟੇ ਦੀ ਵੀਡੀਓ ਹੈ ਤਾਂ ਜ਼ਿਆਦਾ ਲੰਬੀ ਆ ਤੇ ਬਾਕੀ ਹੋਰ ਵੀ ਪੁਰਤਗਾਲ ਚ ਕਿੱਦਾਂ ਪੇਪਰ ਬਣਦੇ ਯੂਰਪ ਚ ਦੋ ਹੀ ਦੇਸ਼ ਆ ਪੁਰਤਗਾਲ ਤੇ ਸਪੇਨ ਜਿਹੜੇ ਪੇਪਰ ਦਿੰਦੇ ਆ ਮੈਂ ਵੀ ਸਪੇਨ ਤੋਂ ਹੀ ਆ ਤੇ ਸਭ ਵੀ ਵੀ ਹੁਣ ਸਪੇਨ ਚ ਹੀ ਆ ਤੇ ਸਪੇਨ ਚ ਪੇਪਰ ਬਣਦੇ 3 ਸਾਲ ਦੇ ਤੇ ਸੱਚ ਪੁਰਤਗਾਲ ਚ ਬਣਦੇ ਪੁਰਤਗਾਲ ਚ ਪਾਸਪੋਰਟ ਸਭ ਤੋਂ ਸੌਖਾ ਮਿਲਦਾ ਕਹਿੰਦੇ ਤੇ ਬਾਕੀ ਹਰ ਇੱਕ ਦੀ ਕਿਸਮਤ ਆ ਕਿਸੇ ਨੂੰ ਜਲਦੀ ਮਿਲ ਜਾਂਦਾ ਕਿਸੇ ਨੂੰ ਕਈ ਸਾਲ ਹੋ ਗਏ ਆ ਤੇ ਸਪੇਨ ਚ ਕਿੱਦਾਂ ਪੱਕੇ ਹੋ ਸਕਦੇ ਆ ਤੁਸੀਂ ਇਹ ਸਭ ਤੁਸੀਂ ਸਾਡੇ ਤੇ ਅਰਮੇਨੀਆ ਤੋਂ ਹੁੰਦੀ ਠੱਗੀ ਵਾਰੇ ਬੱਚੋ ਇਹ ਵੀ ਮਤਲਬ ਜੇ ਹਨਾ ਬੇਲਾ ਟਾਈਮ ਹੋ ਗਿਆ ਤੁਹਾਡੇ ਤੋਂ ਇਹ ਸਾਰੀਆਂ ਵੀਡੀਓ ਇੱਕ ਇੱਕ ਘੰਟੇ ਦੀਆਂ ਦੇਖਣ ਆਲੀਆਂ ਆ ਹਨਾ ਮਤਲਬ ਭਈ ਮਤਲਬ ਜੇ ਤੁਹਾਡੇ ਕੋਲ ਸਮਾਂ ਹੋਇਆ ਬਾਕੀ ਉਹ 4 ਮਿੰਟ ਵਾਲੀ ਦੇਖਿਓ ਹਨਾ ਤੇ ਬਾਕੀ ਹੋਰ ਬਸ ਇਹੀ ਕਹਿੰਦਾ ਜੀ ਤੇ ਕਈ ਕਹਿੰਦੇ ਭਾਜੀ ਤੂੰ ਹੈ ਕਿਦਾਂ ਦਾ ਹਨਾ ਸ਼ਕਲ ਤੇ ਸ਼ਕਲ ਵੀ ਮੇਰੀ ਦੇਖ ਲਓ ਜੀ YouTube ਤੇ ਦੇਖੋ ਜੀ ਜੌਨ ਉਸੀਨਾ ਡੱਡ ਕੇ ਖੜਾ ਸੀਨਾ ਸਿੱਧਾ ਹੋ ਜਾ ਕਿਦਾਂ ਖੜਾ ਹੈ ਤੇ ਇਹ ਵੀਡੀਓ ਆਈਆ ਕੱਲ ਦੋ ਦਿਨ ਪਹਿਲਾਂ ਮੇਰੇ YouTube ਤੇ ਤੇ ਇਹ ਜੀ ਇੱਕ ਪਾਰਟ ਚੱਲਦਾ ਵਾ ਸਾਬੀ ਨਾਲ ਆਪਣਾ ਭਰਾ ਸਾਬਾ ਇਹ ਵੀ ਫਨੀ ਬੰਦਾ ਆਪਣੇ ਅਰਗੇ ਇਹਨੂੰ ਵੀ ਬੜੀਆਂ ਗੱਲਾਂ ਹੁੰਦੀਆਂ ਸਾਬੇ ਨੂੰ ਇਹਦਾ ਪਾਰਟ ਤੀਜਾ ਹੋ ਗਿਆ ਵੀ ਇਹ ਸਪੇਨ ਕਿਦਾਂ ਪਹੁੰਚਿਆ ਕਿਦਾਂ ਨਹੀਂ ਹੈ ਨਾ ਇਹ ਵੀ ਸੁਣਨ ਵਾਲਾ ਹੀ ਆ ਤੇ ਮੁੱਕਦੀ ਗੱਲ ਇਹ ਆ ਜੀ ਸਬਸਕ੍ਰਾਈਬ ਕਰ ਲਓ ਹਿੰਦੀ ਚ ਸਵਾਲੀ ਦਾ ਮੈਂ ਲਿੰਕ ਪਾਉਣਾ ਆ ਤੇ ਬਾਕੀ ਓਕੇ ਜੀ ਤੇ ਬਾਕੀ ਲੋਕਾਂ ਨੇ ਸਰਚਾਂ ਦੇਖ ਲਓ ਮੇਰੇ ਨਾਂ ਦੇ ਨਾਲ ਕੀ ਕੀ ਮਾਰੀ ਐਂਦੀ ਜਸਾਲਿੰਦੀ ਸਵਾਲਿੰਦੀ ਦੇਸੀ ਤੜਕਾ ਦੇਸੀ ਤੜਕਾ ਤਾਂ ਸਰਚ ਮਾਰੀਓ ਇੱਕ ਬਾਈ ਹੁੰਦਾ ਸੀ ਮੋਹੇ ਤਾਂ ਉਹ ਕਹਿੰਦੇ ਮਤਲਬ ਭਈ 2-3 ਮਹੀਨੇ ਹੋ ਗਏ ਲੱਭਦਾ ਨਹੀਂ ਪਿਆ ਉਹਦਾ ਚੈਨਲ ਵੀ ਕੋਈ ਕੁੜੀ ਚਲਾਉਂਦੀ ਇੰਗਲੈਂਡ ਤੋਂ ਹਨਾ ਉਹਦੇ ਚੈਨਲ ਦੇ ਵੀ ਮਿਲੀਅਨ 10 ਲੱਖ ਸਬਸਕ੍ਰਾਈਬਰ ਹੋ ਚੱਲੇ ਉਹ ਵੀ ਪਾਉਂਦਾ ਹੁੰਦਾ ਸੀ ਗਰਮ ਮੁੱਦਾ ਇੰਡਸਟਰੀ ਦਾ ਦੌੜਦਾਰ ਮੈਂ ਇੱਕ ਵਾਰ ਉਹਦੇ ਬਾਰੇ ਵੀਡੀਓ ਪਾਈ ਸੀ ਵੀ ਭਾਈ ਉਹ ਘਰ ਬੈਠਾ ਹੀ ਇੰਨੇ ਹਜ਼ਾਰ ਰੁਪਈਆ ਮਤਲਬ ਇੰਡੀਆ ਦਾ ਇੰਡੀਆ ਦਾ ਉਦੋਂ ਉਹਨੇ ਪਾਈਆਂ ਸੀ ਸਿੰਗਰਾਂ ਦੋਂਗ ਦੀ ਲੜਾਈ ਚੱਲਦੀ ਸੀ ਉਦੋਂ ਇੰਡੀਆ ਦਾ 30 40000 ਰੁਪਈਆ ਦਿਹਾੜੀ ਦਾ ਇੰਡੀਆ 'ਚ ਕਮਾਉਂਦਾ ਸੀ ਨਾ ਇੰਡੀਆ ਬੈਠਾ ਹੀ ਮੈਂ ਪਾਤੀ ਸੀ ਵੀਡੀਓ ਵੀ ਭਾਈ ਉਹ ਇੰਨੇ ਪੈਸੇ ਕਮਾਉਂਦਾ ਤਾਂ ਉਹਨੇ ਕੋਈ ਪਹਾਨਾ ਸਿੱਧੂ ਆ ਕੋਈ ਪਤਾ ਨਹੀਂ ਕਿਹੜੇ ਹਨਾ ਤਾਂ 모ਹਿਤ ਤਾਂ ਭਾਨਾ ਦਾ ਹੋਰ 5-7 ਜਣੇ ਮੇਰੇ ਵਿਰੁੱਧ ਬੜੀਆਂ ਵੀਡੀਓ ਪਾਈਆਂ ਨਹੀਂ ਮੈਂ ਕਦੀ ਨਹੀਂ ਕਿਸੇ ਨੂੰ ਮਾਰਾ ਗਿਆ ਹਨਾ ਮਤਲਬ ਜੋ ਵੀ ਕਿਹਾ ਤੱਥ ਨਹੀਂ ਕਿਹਾ ਨਹੀਂ ਬੜਾ ਜ਼ੋਰ ਲਾਇਆ ਸਾਡੇ ਵਿਰੁੱਧ ਬੋਲੇ ਜਾਂਦੀ ਹੈ ਹਨਾ ਆਪਾਂ ਨਹੀਂ ਕਦੀ ਕਿਹਾ ਤੇ ਹੁਣ 모ਹਿਤ ਬਾਈ ਦੇਸੀ ਤੜਕੇ ਵਾਲਾ ਇਹ ਲੱਭਦਾ ਨਹੀਂ ਪਿਆ ਆਪਾਂ ਤਾਂ ਕਹਿੰਦੇ ਬਾਈ ਕਿਸੇ ਦਾ ਪੋਤਿਆ ਲੱਭ ਜਵੇ ਹਨਾ ਆਪਾਂ ਤਾਂ ਇਹ ਕਦੀ ਵੀ ਨਹੀਂ ਕਿਹਾ ਵੀ ਚੰਗਾ ਹੋਇਆ ਗਵਾਚ ਗਿਆ ਜਾਂ ਇਦਾਂ ਉਦਾਂ ਹਨਾ ਵੀ ਜੇ ਉਹ ਵੀ ਹੋਇਆ ਬਾਈ ਜਿੱਥੇ ਵੀ ਲੱਭ ਜਵੇ ਆਪਾਂ ਤਾਂ ਇਹੀ ਕਹਿ ਸਕਦੇ ਆ ਤੇ ਦੂਜੀ ਮੇਰੇ ਨਾਮ ਦੇ ਨਾਲ ਹਿੰਦੀ ਸਵਾਲ ਕੈਨੇਡਾ ਵੀਜ਼ਾ ਸਰਚ ਮਾਰੀਓ ਆ ਤੇ ਆਪਣਾ ਭਰਾ ਅਨਮੋਲ ਕੋਤਰਾ ਅਨਮੋਲ ਕੋਤਰੇ ਬਾਰੇ ਵਾਜੀ ਦੇ ਬਾਰੇ ਵੀ ਨਹੀਂ ਆਪਾਂ ਕਦੀ ਗਲਤ ਗਿਆ ਆਪਾਂ ਤਾਂ ਇਹੀ ਕਿਹਾ ਸੀ ਭਾਈ ਵੀਰ ਨੇ ਗਾਣਾ ਕਰਨਾ ਆ ਉਹ ਵੀ ਕਰਤਾ ਤੇ ਆਪਾਂ ਕਹੇ ਸੀ ਭਰਾ ਨੇ ਮਤਲਬ ਮੂਵੀ ਚ ਆਉਣਾ ਆ ਤੇ ਉਹ ਵੀ ਆ ਗਿਆ ਯਾਰ ਗੱਲਾਂ ਮੈਂ ਕਦੀ ਝੂਠੀਆਂ ਕਈਆਂ ਹੀ ਨਹੀਂ ਹਨਾ ਵੀ ਐਵੇਂ ਫੋੜ ਛੱਡੀ ਜਾਂਦਾ ਤੇ ਸੇਵਾ ਕਰਦਾ ਆ ਵਧੀਆ ਕੰਮ ਕਰਦਾ ਕਰੀ ਜਾਵੇ ਤੇ ਇੰਦੀ ਚ ਸਵਾਲ ਦੇ ਨਾਲ ਇੱਕ ਹੋਰ ਵਾਈ ਦੀ ਸਰਚ ਮਾਰੀ ਹੋਆ ਇਹ ਵੀ ਪ੍ਰਾਭੋ ਵੀ ਦਾ ਵੀ ਕਿਸੇ ਦਿਨ ਹਨਾ ਵੈਸੇ ਤਾਂ ਉਹ ਮੈਂ दारू ਪੀਂਦਾ ਨਹੀਂ ਆ ਕਿਸੇ ਦਿਨ ਜਦੋਂ ਪੀਤੀ ਹੋਈ ਦੁੱਖ ਫਰੋਲਾਂਗੇ ਵੀ ਇਹਨਾਂ ਵੀ ਆਪਣੀ ਯਾਰੀ ਪਈ ਸੀ ਆ ਜਿਹੜਾ ਥੱਲੇ ਨਾਲ ਸਭ ਤੋਂ ਹਨਾ ਤੇ ਇਹ ਵੀ ਕਹਿੰਦਾ ਹੁੰਦਾ ਸੀ ਮਤਲਬ ਹਨਾ ਵੀ ਕਈ ਐਨ ਕਹਣਾ ਵੀ ਫੋਰ ਛੱਡੀ ਜਾਂਦਾ ਪਰ ਯੂ ਨੂੰ ਵੀ ਬਹਿਮ ਹੁੰਦਾ ਵੀ ਮੇਰਾ ਨਾਮ ਲੈ ਕੇ ਮਸ਼ਹੂਰ ਹੁੰਦੇ ਪ੍ਰਾਭੋ ਸਾਨੂੰ ਨਹੀਂ ਲੋੜ ਹਨਾ ਤੇ ਇਹਦੇ ਬਾਰੇ ਵੀ ਕਿਸੇ ਦਿਨ ਜਦਨ ਚਿੱਤ ਕੀਤਾ ਹਮ ਤੋ ਫਕੀਰ ਹੈ ਜਦ ਤਨ ਫਕੀਰਾਂ ਦੇ ਦਿਲ ਚਾਈ ਤੇ ਖੋਲਾਂਗੇ ਪਰਦੇ ਪਰਦੇ ਦਾ ਕੀ ਖੋਲਣੇ ਪ੍ਰਭੂ ਗਾਣੇ ਵਧੀਆ ਲਿਖਦਾ ਆ ਤੇ ਕਿਧਰੋਂ ਚੱਕਦਾ ਤੇ ਕੀ ਵਿਕਦਾ ਆ ਵਿਲੇ ਟਾਈਮ ਦੱਸਾਂਗੇ ਫਿਰ ਹੁਣ ਤਾਂ ਦਿਹਾੜੀਆਂ ਨੇ ਮਤ ਮਾਰੀ ਹੁਣ ਮਾਇਆ ਕੰਮ ਤੋਂ ਤੇ ਸਵੇਰੇ ਫੇ 5 ਵਜੇ ਉੱਠਣਾ ਬਾਈ ਹੁਣ 10 ਵਜ ਗਏ ਆ ਤੇ ਘੰਟੇ ਰਹਿ ਗਏ 10 ਤੇ ਦੋ 12 7 ਘੰਟੇ ਰਹਿ ਗਏ ਆ ਤੇ ਸੋਈਏ ਜੀ ਤੇ ਕਰ ਲੋ ਸਬਸਕ੍ਰਾਈਬ ਤੇ ਆਜੋ ਲਿੰਕ ਪਾਉਣਾ ਹੈ ਤੇ ਕਰ ਲਓ ਸਬਸਕ੍ਰਾਈਬ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਹੱਸਦੇ ਰਹੋ ਬਸਦੇ ਰਹੋ ਤੇ ਆ ਬਾਕੀ ਆ ਜਿੰਨੇ ਵੀ ਬਾਕੀ ਵੀਰਾਂ ਦੇ ਨਾਂ ਸ਼ੋਹ ਹੁੰਦੇ ਆ ਆਪਣਾ ਕਿਸੇ ਨਾ ਕੋਈ ਬੱਟ ਬੰਨੇ ਦਾ ਬੈਰ ਹੈ ਨਹੀਂ ਆ ਸਾਡੇ ਦਾ ਪ੍ਰਭੂ ਖੇਤੇ ਹੀ ਦੂ ਤਿੰਨ ਗਿਆ ਸਾਡਾ ਕੀ ਨਾ ਬੈਰ ਹੋਣਾ ਪਿੰਡਾਂ ਦੇ ਤਾਂ ਉਹੀ ਬੱਟਾਂ ਬੰਨਿਆਂ ਦਾ ਹੀ ਬੈਰ ਹੁੰਦਾ ਤੂੰ ਸਾਡਾ ਬੰਨਾ ਛੇਲਾ ਤੇ ਚਲੋ ਇਹਦੀ ਧੌਣ ਲਾ ਦਿਓ ਹਨਾ ਨਾ ਕਰਿਆ ਕਰੋ ਇਦਾਂ ਨਾ ਕਰਿਆ ਕਰੋ ਇਦਾਂ ਤੇ ਆ ਜਾਓ ਜੀ ਕਰ ਲਓ ਸਬਸਕ੍ਰਾਈਬ ਪਾਉਣਾ ਲਿੰਕ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਹੱਸਦੇ ਰਹੋ ਬਸਦੇ ਰਹੋ ਤੇ ਇੱਕ ਸ਼ੈਨਗਨ ਵੀਜ਼ੇ ਬਾਰੇ ਬਹੁਤ ਇਨਕੁਆਰੀ ਆਈ ਉਹਦਾ ਸਵੇਰ ਨੂੰ ਜੇ ਸਮਾਂ ਮਿਲਿਆ ਜਲਦੀ ਉੱਠ ਗਿਆ ਕੰਮ ਤੇ ਜਾਣ ਤੋਂ ਪਹਿਲਾਂ ਵੀਡੀਓ ਕਰੂੰਗਾ ਕਿ ਸ਼ੈਨਗਨ ਵੀਜ਼ਾ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਆ ਪਿਛਲੇ 2019 ਚ ਕਿੰਨੇ ਭਾਰਤੀਆਂ ਨੇ ਅਪਲਾਈ ਕੀਤਾ ਕਿਹੜੇ-ਕਿਹੜੇ ਦੇਸ਼ਾਂ ਨੇ ਵੀਜ਼ਾ ਦਿੱਤਾ ਕਿਹੜੇ ਦੇਸ਼ ਦਾ ਪ੍ਰਤੀਸ਼ਤ ਜ਼ਿਆਦਾ ਆ ਸ਼ੈਨਗਨ ਵੀਜ਼ਾ ਦੇਣ ਦਾ ਇੰਡੀਆ ਵਾਲਿਆਂ ਨੂੰ ਕਿਹੜੇ ਦੇਸ਼ ਦਾ ਘੱਟ ਆ ਸਾਰਾ ਕੁਝ ਸਵੇਰ ਨੂੰ ਜੇ ਸਮਾਂ ਹੋਇਆ ਤੇ ਕਰਾਂਗੇ ਤੇ ਸੌਰੀ ਕਿਉਂਕਿ ਇੱਥੇ ਸੂਰਜ ਲੇਟ ਡੁੱਬਦਾ ਆ ਤੇ ਲੋਕ ਦਾ ਕੰਮ ਵੀ ਗਰਮੀ ਨਾਲ ਹੀ ਚੱਲਦਾ ਸੋ ਲੇਟ ਆਈਦਾ ਤੇ ਸਵੇਰੇ ਜਲਦੀ ਜਾਈਦਾ ਖਿਮਾਂ ਦਾ ਜੱਜ ਗਿਆ ਦਾਸ ਦੋਡਾ ਤੇ ਓਕੇ ਲਿੰਕ ਪਾ ਨਾ ਸਬਸਕ੍ਰਾਈਬ ਕਰ ਲਿਓ YouTube ਤੇ ਹੱਸਦੇ ਰਹੋ ਵਸਦੇ ਰਹੋ ਤੁਹਾਡਾ ਆਪਣਾ ਹਿੰਦੀ ਸਵਾਲ ਪਿੰਡ ਨਰੂੜ ਤਹਿਸੀਲ ਫਗਵਾੜਾ ਜ਼ਿਲ੍ਹਾ ਗਪੂਤਲਾ ਓਕੇ ਸੋਈਏ ਅਦਿਓਸ